ਬੈਂਚ ਤੇ ਬੈਠੀ ਸੀ ਉਹਨੇ ਮੈਨੂੰ ਪਿੱਛੋਂ ਆ ਕੇ ਕਰਕੇ ਨਾ ਐਵੇਂ ਪਿੱਛੇ ਨੂੰ ਕਰਤਾ ਕੋਈ ਵੀ ਟੈਬਲੇਟ ਨਹੀਂ ਖਾਧੀ ਜਾਂਦੀ ਫਿਰ ਅਰਦਾਸ ਕਰਕੇ ਤੁਰਿਆ ਕਰੋਗੇ ਫਿਰ ਵਾਹਿਗੁਰੂ ਮੈਨੂੰ ਠੀਕ ਕਰ ਦੇ ਅਤੇ ਮੈਨੂੰ ਹੁਣ ਇੰਨਾ ਰਿਲੀਫ ਮਿਲਿਆ ਕਾਫੀ ਮਤਲਬ ਇਸ ਤਰ੍ਹਾਂ ਲੱਗਦਾ ਜਿਵੇਂ ਮੈਂ ਸਾਹ ਉੱਥੇ ਰੁਕਿਆ ਹੋਇਆ ਅੱਜ ਪਿਆ ਉਹ ਵਾਲਾ ਸਾਹ ਮਤਲਬ ਅੰਦਰ ਇੱਦਾਂ ਰੁਕਿਆ ਹੋਇਆ emotional relief thode emotions block hoye si c1 c2 theek hai thode emotion express nahi kar pade gussa hona maar gaya baar baar chhoti chhoti gal te gussa ho gaya irritation ho gayi theek hai neend bhi nahi aayi sir chakkar ho gaya aur nausea feel karna aur eyes bloodiness aani ye sari ehde naal related hai thode aansu kyon aaye जब इमोशंस खुलते हैं ना फिर आंसू आते हैं ठीक
ਹੈ ਸੌਰੀ ਸਾਹਿਬ ਬਹੁਤ ਦੇਰ ਹੈ ਸਕੂਨ ਲਿਆ ਥਾਊਜ਼ੈਂਡ ਦੇ ਵਿੱਚ ਜਦੋਂ ਸਕੂਲ 'ਚ ਸੀਗੀ ਮੈਂ ਉਦੋਂ ਟੀਚਿੰਗ ਲਾਈਨ 'ਚ ਸੀਗੀ ਨਹੀਂ ਉਦੋਂ ਸਕੂਲ ਪੜ੍ਹਦੀ ਸੀ ਉਦੋਂ ਅੱਛਾ 2000 ਦੇ ਵਿੱਚ ਓਕੇ ਅਤੇ ਉਦੋਂ ਮੇਰੀ ਫਰੈਂਡ ਰਿਸੈਸ ਦੇ ਵਿੱਚ ਆਈ ਮੈਂ ਬੈਂਚ 'ਤੇ ਬੈਠੀ ਸੀ ਉਹਨੇ ਮੈਨੂੰ ਪਿੱਛੋਂ ਆ ਕੇ ਕਰਦੀ ਨਾ ਐਵੇਂ ਪਿੱਛੇ ਨੂੰ ਕਰਤਾ ਅਤੇ ਉਹ ਮੈਂ ਉਹਨੂੰ ਰੋਕਣਾ ਵੀ ਚਾਹਿਆ ਬਟ ਮੇਰੀ ਅੱਖਾਂ ਨੂੰ ਪਤਾ ਨਹੀਂ ਕਿ ਉੱਥੇ ਹੀ ਦਰਦ ਰੁਕ ਗਿਆ ਜਿਵੇਂ ਮਤਲਬ ਬਹੁਤ ਜ਼ਿਆਦਾ ਟ੍ਰੀਟਮੈਂਟ ਕਰਵਾਇਆ ਮੈਂ ਲੁਧਿਆਣਿਓਂ ਕਰਵਾਇਆ ਫਗਵਾੜਿਓਂ ਕਰਵਾਇਆ ਜਲੰਧਰੋਂ ਕਰਵਾਇਆ ਐਲੋਪੈਥਿਕ ਦਵਾਈ ਖਾ ਕੇ ਤਾਂ ਮੈਂ ਥੱਕ ਚੁੱਕੀ ਸੀ ਬਹੁਤ ਜ਼ਿਆਦਾ ਫਿਰ ਬਾਅਦ ਵਿੱਚ ਹੋਮਿਓਪੈਥਿਕ ਸਟਾਰਟ ਕੀਤੀ ਨਾ ਕਿਉਂਕਿ ਐਲੋਪੈਥਿਕ ਨਾਲ ਮੈਨੂੰ ਬਹੁਤ ਜ਼ਿਆਦਾ ਹਾਰਮ ਹੋਈ ਗਿਆ ਸਾਈਡ ਇਫੈਕਟ ਹੋਈ ਗਏ ਹੋਰ ਜ਼ਿਆਦਾ ਪ੍ਰੋਬਲਮ ਵਧੀ ਗਈ ਨਾ ਫਿਰ ਮੈਥੋਂ ਦਵਾਈ ਕੋਈ ਵੀ ਟੈਬਲੇਟ ਨਹੀਂ ਖਾਧੀ ਜਾਂਦੀ ਸੀ ਵੀ ਮੈਂ ਹੋਮਿਓਪੈਥਿਕ ਲਈ ਫਿਰ ਮੈਂ ਇੰਸਟਾਗ੍ਰਾਮ 'ਤੇ ਤੁਹਾਡੀ ਬਹੁਤ ਵੀਡੀਓਜ਼ ਦੇਖਦੀ ਹੁੰਦੀ ਸੀ ਨਾ ਕਿ ਮੈਨੂੰ ਹੁੰਦਾ ਵੀ ਮੇਰਾ ਵੀ ਆਰਾਮ ਆ ਵੀ ਫਿਰ ਮਤਲਬ ਰੈਸਟ ਰਿਲੀਫ ਫੀਲ ਕਰਾਂ ਮੈਂ ਵੀ ਹੈ ਨਾ ਅਤੇ ਫਿਰ ਮੈਂ ਆਪਣੇ ਹਸਬੈਂਡ ਨੂੰ ਕਿਹਾ ਕਿ ਮੈਨੂੰ ਨਾ ਇੱਥੇ ਲੈ ਕੇ ਜਾਓ ਜਿੱਦਾਂ ਮਰਜ਼ੀ ਟਾਈਮ ਕੱਢ ਕੇ ਤਾਂ ਫਿਰ ਅਰਦਾਸ ਕਰਕੇ ਤੁਰੀ ਆ ਕਰੋਗੇ ਫਿਰ ਵਾਹਿਗੁਰੂ ਮੈਨੂੰ ਠੀਕ ਕਰ ਲਏ ਅਤੇ ਮੈਨੂੰ ਹੁਣ ਇੰਨਾ ਰਿਲੀਫ ਮਿਲਿਆ ਕਾਫੀ ਮਤਲਬ ਇਸ ਤਰ੍ਹਾਂ ਲੱਗਦਾ ਜਿਵੇਂ ਮੈਂ ਸਾਹ ਉੱਥੇ ਰੁਕਿਆ ਹੋਇਆ ਅੱਜ ਪਿਆ ਉਹ ਵਾਲਾ ਸਾਹ ਮਤਲਬ ਅੰਦਰ ਇੱਦਾਂ ਰੁਕਿਆ ਹੋਇਆ ਸੀ ਮਤਲਬ ਕਾਫੀ ਫਰਕ ਹੈ ਕਿ ਮੈਂ ਇਹੀ ਕਹੂੰਗੀ ਸਾਰਿਆਂ ਨੂੰ ਕਿ ਤੁਸੀਂ ਇੱਥੇ ਆਓ ਅਤੇ ਸਾਰੇ ਆਪਣਾ ਜੋ ਵੀ ਤੁਹਾਨੂੰ ਕੋਈ ਦਰਦ ਹੈ ਪੇਨ ਹੈ ਬੋਡੀ ਦਾ ਇੱਥੋਂ ਆਪਣਾ ਟ੍ਰੀਟਮੈਂਟ ਕਰਵਾਓ ਅਤੇ ਤੁਹਾਨੂੰ ਵੀ ਬਹੁਤ ਜ਼ਿਆਦਾ ਮਤਲਬ ਫਰਕ ਹੋਏਗਾ ਤੁਹਾਨੂੰ ਖੁਸ਼ ਹੋ ਕੇ ਜਾਓਗੇ ਥੈਂਕ ਯੂ